ਰੁੱਖ ਕਰਾਂਗੇ ਸ਼੍ਰੋਮਣੀ ਅਕਾਲੀ ਦਲ ਨਾਲ ਜੁੜੀ ਹੋਈ ਵੱਡੀ ਖਬਰ ਦਾ। ਕੱਲ੍ਹ ਆ ਸਕਦੀ ਹੈ ਅਕਾਲੀ ਦਲ ਦੀ ਪਹਿਲੀ ਸੂਚੀ। ਪਹਿਲੀ ਲਿਸਟ ਦੇ ਵਿੱਚ 5 ਉਮੀਦਵਾਰ ਹੋ ਸਕਦੇ ਨੇ। ਬਠਿੰਡਾ ਤੋਂ ਹਰਸਿਮਰਤ ਕੌਰ ਬਾਦਲ ਉਮੀਦਵਾਰ ਹੋ ਸਕਦੇ ਨੇ। ਬਠਿੰਡਾ ਤੋਂ ਇੱਕ ਵਾਰ ਫਿਰ ਹਰਸਿਮਰਤ ਕੌਰ ਬਾਦਲ ਜਿਹੜੇ ਕਿ ਮੈਦਾਨ ਦੇ ਵਿੱਚ ਹੋਣਗੇ। ਅਨੰਦਪੁਰ ਸਾਹਿਬ ਤੋਂ ਚੰਦੂ ਮਾਜਰਾ ਨੂੰ ਟਿਕਟ ਮਿਲ ਸਕਦੀ ਹੈ। ਪਟਿਆਲਾ ਤੋਂ ਐਨ.ਕੇ. ਸ਼ਰਮਾ ਅਕਾਲੀ ਦਲ ਦੇ ਉਮੀਦਵਾਰ ਹੋ ਸਕਦੇ ਨੇ। ਅੰਮ੍ਰਿਤਸਰ ਤੋਂ ਅਨਿਲ ਜੋਸ਼ੀ ਦੇ ਨਾਮ 'ਤੇ ਮੋਹਰ ਲੱਗ ਸਕਦੀ ਹੈ। ਹੁਸ਼ਿਆਰਪੁਰ ਤੋਂ ਡਾਕਟਰ ਲਖਬੀਰ ਸਿੰਘ ਜਿਹੜੇ ਕਿ ਪਾਰਟੀ ਦੇ ਉਮੀਦਵਾਰ ਹੋ ਸਕਦੇ ਨੇ। ਅਕਾਲੀ ਦਲ ਦੇ ਨਾਲ ਜੁੜੀ ਹੋਈ ਵੱਡੀ ਖਬਰ ਹੈ, ਕਿਉਂਕਿ ਅਜੇ ਤੱਕ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਕਿਸੇ ਵੀ ਉਮੀਦਵਾਰ ਦਾ ਐਲਾਨ ਨਹੀਂ ਕੀਤਾ ਗਿਆ। ਅਤੇ ਇਸ ਦੇ ਨਾਲ ਜੁੜੀ ਹੋਈ ਵੱਡੀ ਖਬਰ ਹੈ ਕਿ ਕੱਲ੍ਹ ਸ਼੍ਰੋਮਣੀ ਅਕਾਲੀ ਦਲ ਦੀ ਪਹਿਲੀ ਸੂਚੀ, ਪਹਿਲੀ ਲਿਸਟ ਆ ਸਕਦੀ, ਜਿਸ ਦੇ ਵਿੱਚ ਕਿ 5 ਉਮੀਦਵਾਰਾਂ ਦਾ ਐਲਾਨ ਕੀਤਾ ਜਾ ਸਕਦਾ। ਬਠਿੰਡਾ ਆਪਣੇ ਆਪ ਦੇ ਵਿੱਚ ਪੂਰੇ ਪੰਜਾਬ ਦੀ ਜੇਕਰ ਗੱਲ ਕਰੀਏ ਤਾਂ ਹੌਟ ਸੀਟ ਹੈ। ਹਰਸਿਮਰਤ ਕੌਰ ਬਾਦਲ ਲਗਾਤਾਰ ਇੱਥੋਂ ਚੋਣ ਲੜਦੇ ਵੀ ਆ ਰਹੇ ਨੇ, ਜਿੱਤਦੇ ਵੀ ਆ ਰਹੇ ਨੇ। ਅਤੇ ਬਠਿੰਡਾ ਤੋਂ ਇੱਕ ਵਾਰ ਫਿਰ ਹਰਸਿਮਰਤ ਕੌਰ ਬਾਦਲ 'ਤੇ ਜਿਹੜਾ ਕਿ ਅਕਾਲੀ ਦਲ ਦੇ ਵੱਲੋਂ ਦਾਅ ਖੇਡਿਆ ਜਾ ਸਕਦਾ। ਅਨੰਦਪੁਰ ਸਾਹਿਬ ਤੋਂ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਨੂੰ ਟਿਕਟ ਮਿਲ ਸਕਦੀ ਹੈ। ਪਟਿਆਲਾ ਤੋਂ ਐਨ.ਕੇ. ਸ਼ਰਮਾ ਜਿਹੜੇ ਕਿ ਉਮੀਦਵਾਰ ਹੋ ਸਕਦੇ ਨੇ। ਐਨ.ਕੇ. ਸ਼ਰਮਾ ਜਿਹੜੇ ਕਿ ਪਹਿਲਾਂ ਅਕਾਲੀ ਦਲ ਦੇ ਵਿਧਾਇਕ ਵੀ ਰਹਿ ਚੁੱਕੇ ਨੇ, ਅਤੇ ਉਹਨਾਂ ਨੂੰ ਪਟਿਆਲਾ ਤੋਂ ਚੋਣ ਮੈਦਾਨ ਦੇ ਵਿੱਚ ਉਤਾਰਿਆ ਜਾ ਸਕਦਾ। ਅੰਮ੍ਰਿਤਸਰ ਤੋਂ ਅਨਿਲ ਜੋਸ਼ੀ ਦੇ ਨਾਂ 'ਤੇ ਮੋਹਰ ਲੱਗ ਸਕਦੀ ਹੈ। ਪਿਛਲੇ ਦਿਨ ਹੀ ਬਿਕਰਮ ਮਜੀਠੀਆ ਦੇ ਵੱਲੋਂ ਇੱਕ ਮੰਚ 'ਤੇ ਇਸ ਦੇ ਸੰਕੇਤ ਵੀ ਦੇ ਦਿੱਤੇ ਗਏ ਸਨ। ਇਸੇ ਖਬਰ 'ਤੇ ਹੋਰ ਜ਼ਿਆਦਾ ਜਾਣਕਾਰੀ ਲਈ ਸਾਡੇ ਸਹਿਯੋਗੀ ਵਿਨੇਸ਼ ਕਟਾਰੀਆ ਜੁੜੇ ਹੋਏ ਨੇ। ਵਿਨੇਸ਼, ਅਕਾਲੀ ਦਲ ਦੀ ਕੱਲ੍ਹ ਪਹਿਲੀ ਸੂਚੀ ਆ ਸਕਦੀ ਹੈ, 5 ਉਮੀਦਵਾਰਾਂ ਦਾ ਐਲਾਨ ਹੋ ਸਕਦਾ, ਕੀ ਕੋਈ ਜਾਣਕਾਰੀ? ਪਰਮਿੰਦਰ, ਕੱਲ੍ਹ ਦੇਖੋ ਵਿਸਾਖੀ ਦਾ ਦਿਨ ਹੈ, ਖਾਲਸਾ ਸਾਧਨਾ ਦਿਹਾੜਾ ਹੈ, ਅਤੇ ਅਕਾਲੀ ਦਲ ਜਿਹੜੀ ਹੈ ਪੰਥਕ ਪਾਰਟੀ ਦੇ ਤੌਰ 'ਤੇ ਜਾਣੀ ਜਾਂਦੀ ਹੈ, ਪੰਥਕ ਪਾਰਟੀ ਹੈ। ਅਤੇ ਉਮੀਦ ਕੀਤੀ ਜਾ ਰਹੀ ਹੈ ਵੀ ਕੱਲ੍ਹ ਅਕਾਲੀ ਦਲ ਆਪਦੇ ਜਿਹੜੇ ਉਮੀਦਵਾਰਾਂ ਦੀ ਪਹਿਲੀ ਲਿਸਟ ਦਾ ਐਲਾਨ ਕਰ ਸਕਦੀ ਹੈ। ਗਿਣਤੀ ਕਿੰਨੀ ਹੋ ਸਕਦੀ ਹੈ ਇਸ ਨੂੰ ਲੈ ਕੇ ਹਜੇ ਥੋੜ੍ਹੀ ਜਿਹੀ ਸਪੈਕੂਲੇਸ਼ਨ ਹੈ, ਉਹ 5 ਵੀ ਹੋ ਸਕਦੇ ਹੈ, 5 ਤੋਂ ਵੱਧ ਵੀ ਹੋ ਸਕਦੇ ਆ। ਪਰ ਜਿਹੜੇ ਨਾਮਾਂ ਦੇ ਮੋਹਰ ਲੱਗ ਚੁੱਕੀ ਹੈ ਜਾਂ ਪਾਰਟੀ ਵੱਲੋਂ ਪਾਰਟੀ ਨੇ ਜਿਹੜੀ ਅੰਦਰੂਨੀਆਂ ਬੈਠਕਾਂ 'ਚ ਉਹ ਨਾਮ ਫਾਈਨਲ ਕਰ ਲਏ ਗਏ ਆ, ਉਹਨਾਂ ਨਾਮਾਂ ਦਾ ਅਸੀਂ ਜ਼ਿਕਰ ਕਰ ਲਈਏ ਤਾਂ ਸਭ ਤੋਂ ਪਹਿਲਾਂ ਬਠਿੰਡਾ ਸੀਟ, ਜਿਹੜੇ ਕਿ ਮੌਜੂਦਾ ਐਮ ਪੀ ਹੈ, ਬੈਕ ਟੂ ਬੈਕ 3 ਵਾਰੀ ਜਿੱਤ ਕੇ ਆਇਆ ਹਰਸਿਮਰਤ ਕੌਰ ਬਾਦਲ, ਪਾਰਟੀ ਦੇ ਕਦਾਵਰ ਨੇਤਾ ਮੰਨੇ ਜਾਂਦੇ ਆ। ਜਿਹੜੇ ਪਾਰਟੀ ਦੇ ਪ੍ਰਧਾਨ ਹੈ ਸੁਖਬੀਰ ਸਿੰਘ ਬਾਦਲ, ਉਹਨਾਂ ਦੇ ਧਰਮ ਪਤਨੀ ਹੈ, ਅਤੇ ਉਹਨਾਂ ਦਾ ਨਾਮ ਬਠਿੰਡਾ ਸੀਟ ਤੋਂ ਲਗਭਗ ਕਲੀਅਰ ਹੈ, ਸਾਰੇ ਜਾਣਦੇ ਆ, ਅਤੇ ਉਹ ਕਾਫੀ ਟਾਈਮ ਤੋਂ ਪ੍ਰਚਾਰ ਵੀ ਕਰ ਰਹੇ ਆ ਬਠਿੰਡਾ ਹਲਕੇ 'ਚ। ਦੂਸਰੀ ਜੇ ਗੱਲ ਕਰੀਏ ਆਪਾਂ ਅੰਮ੍ਰਿਤਸਰ ਤੋਂ, ਡਾਕਟਰ ਅੰਮ੍ਰਿਤਸਰ ਤੋਂ ਨਾਮ ਚੱਲ ਰਿਹਾ ਸੀਗਾ ਅਨਿਲ ਜੋਸ਼ੀ ਦਾ, ਉਹਨਾਂ ਦਾ ਨਾਮ ਵੀ ਫਾਈਨਲ ਹੈ। ਪਿੱਛੇ ਜੇ ਇੱਕ ਮੀਟਿੰਗ ਵੀ ਹੋਈ ਸੀ ਜਿਸ ਵਿੱਚ ਪਾਰਟੀ ਦੇ ਜਨਰਲ ਸੈਕਟਰੀ ਬਿਕਰਮ ਮਜੀਠੀਆ ਗਏ ਸੀਗੇ, ਅਤੇ ਉਹਨਾਂ ਨੇ ਵੀ ਇਸ਼ਾਰਿਆਂ 'ਚ ਹਿੰਟ ਦਿੱਤਾ ਸੀਗਾ ਕਿ ਅਨਿਲ ਜੋਸ਼ੀ ਹੀ ਜਿਹੜੇ ਉਮੀਦਵਾਰ ਫਾਈਨਲ ਹੋਣਗੇ। ਅਤੇ ਅੰਮ੍ਰਿਤਸਰ ਕਾਫੀ ਟਾਈਮ ਬਾਅਦ, ਕਾਫੀ ਦਸ਼ਕਾਂ ਬਾਅਦ ਇਹ ਹੋ ਰਿਹਾ ਕਿ ਅੰਮ੍ਰਿਤਸਰ ਸੀਟ 'ਤੇ ਅਕਾਲੀ ਦਲ ਖੁਦ ਚੋਣ ਲੜ ਰਿਹਾ, ਕਿਉਂਕਿ ਇਸ ਤੋਂ ਪਹਿਲਾਂ ਅਕਾਲੀ ਭਾਜਪਾ ਦਾ ਅਲਾਇੰਸ ਹੁੰਦਾ ਸੀਗਾ ਅਤੇ ਅੰਮ੍ਰਿਤਸਰ ਸੀਟ ਹੈ ਜਿਹੜੀ ਭਾਜਪਾ ਦੇ ਖਾਤੇ ਵਿੱਚ ਆਉਂਦੀ ਸੀਗੀ। ਇਸ ਕਰਕੇ ਅਨਿਲ ਜੋਸ਼ੀ, ਜਿਨ੍ਹਾਂ ਦੀ ਆਪਦੀ ਬੈਕਗ੍ਰਾਊਂਡ ਵੀ ਭਾਜਪਾ ਦੀ ਰਹੀ ਹੈ ਪਰ ਮੌਜੂਦਾ ਉਹ ਅਕਾਲੀ ਦਲ ਵਿੱਚ ਨੇ, ਅਤੇ ਉਹ ਅਕਾਲੀ ਦਲ ਦੇ ਉਮੀਦਵਾਰ ਜਿਹੜੇ ਆ ਅੰਮ੍ਰਿਤਸਰ ਸੀਟ ਤੋਂ ਹੋਣਗੇ, ਅਤੇ ਉਹਨਾਂ ਦਾ ਨਾਮ ਹੈ ਜਿਹੜਾ ਪਾਰਟੀ ਵੱਲੋਂ ਕਲੀਅਰ ਹੈ। ਅਤੇ ਆਪਾਂ ਜੇ ਤੀਸਰੀ ਸੀਟ ਦੀ ਗੱਲ ਕਰੀਏ, ਇੱਕ ਬੜੀ ਇੰਟਰਸਟਿੰਗ ਸੀਟ ਸੀ ਅਕਾਲੀ ਦਲ ਦੇ ਹਲਕਿਆਂ ਦੇ ਵਿੱਚ, ਅਨੰਦਪੁਰ ਸਾਹਿਬ। ਉੱਥੇ ਪਾਰਟੀ ਦੇ ਦੋ ਧੁਰੰਧਰ ਆਗੂ ਡਾਕਟਰ ਦਲਜੀਤ ਸਿੰਘ ਚੀਮਾ ਅਤੇ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ, ਦੋਨਾਂ ਨੇ ਜੋਰ ਅਜਮਾਇਸ਼ ਕੀਤੀ ਹੋਈ ਸੀਗੀ, ਅਤੇ ਦੋਨਾਂ ਨੇ ਇੱਕ ਤਰੀਕੇ ਨਾਲ ਆਪਾਂ ਕਹਿ ਸਕਦੇ ਹਾਂ ਆਪਦੇ ਵਕਾਰ ਦਾ ਸਵਾਲ ਬਣਾਇਆ ਹੋਇਆ ਸੀਗਾ ਵੀ ਕਿਹਨੂੰ ਉਮੀਦਵਾਰੀ ਫਾਈਨਲ ਹੋਊਗੀ ਜਾਂ ਕਿਹਨੂੰ ਨਹੀਂ ਹੋਊਗੀ। ਪਰ ਹੁਣ ਜਿਹੜੀ ਪਾਰਟੀ ਦੇ ਅੰਦਰੂਨੀ ਸੂਤਰਾਂ ਤੋਂ ਖਬਰ ਮਿਲ ਰਹੀ ਹੈ, ਉਹ ਮਿਲ ਰਹੀ ਹੈ ਕਿ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਦਾ ਨਾਮ ਹੈ ਜਿਹੜਾ ਲਗਭਗ ਕਲੀਅਰ ਹੈ, ਕਿਉਂਕਿ ਪ੍ਰੇਮ ਸਿੰਘ ਚੰਦੂ ਮਾਜਰਾ ਪਹਿਲਾਂ ਵੀ ਉੱਥੋਂ ਐਮ ਪੀ ਰਹਿ ਚੁੱਕੇ ਹੈ ਅਤੇ ਪਹਿਲਾਂ ਉਹ ਤੋਂ ਚੋਣ ਵੀ ਲੜਦੇ ਰਹੇ ਹੈ। ਇਸ ਕਰਕੇ ਡਾਕਟਰ ਦਲਜੀਤ ਸਿੰਘ ਚੀਮਾ ਨੂੰ ਪਾਰਟੀ ਇਸ ਵਾਰ ਵੀ ਟਿਕਟ ਡਿਨਾਈ ਕਰ ਸਕਦੀ ਹੈ, ਅਤੇ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਹੀ ਹੈ ਜਿਨ੍ਹਾਂ ਦਾ ਨਾਮ ਲਗਭਗ ਅਕਾਲੀ ਹਲਕਿਆਂ ਦੇ ਵਿੱਚ ਕਲੀਅਰ ਹੈਗਾ। ਅਤੇ ਇਸ ਤੋਂ ਇਲਾਵਾ ਪਟਿਆਲਾ ਸੀਟ ਤੋਂ ਇੱਕ ਬੜਾ ਇੰਟਰਸਟਿੰਗ ਨਾਮ ਸਾਹਮਣੇ ਆ ਰਿਹਾ, ਪਰਮਿੰਦਰ, ਐਨ.ਕੇ. ਸ਼ਰਮਾ ਜਿਹੜੇ ਕਿ ਡੇਰਾ ਬੱਸੀ ਤੋਂ ਕਈ ਵਾਰੀ ਐਮ.ਐਲ.ਏ. ਰਹਿ ਚੁੱਕੇ ਆ, ਹਾਲਾਂਕਿ ਡੇਰਾ ਬੱਸੀ ਪਟਿਆਲਾ ਲੋਕ ਸਭਾ ਸੈਗਮੈਂਟ ਦਾ ਹੀ ਹਿੱਸਾ ਹੈ, ਅਤੇ ਮੰਨਿਆ ਜਾ ਰਿਹਾ ਸੀਗਾ ਕਿ ਉੱਥੋਂ ਇੱਕ ਰਾਖੜਾ ਪਰਿਵਾਰ ਵੀ ਦਾਅਵੇਦਾਰ ਹੈਗਾ, ਪਰ ਜਿਹੜੀ ਹੁਣ ਅਕਾਲੀ ਦਲ ਦੇ ਹਵਾਲੇ ਤੋਂ ਖਬਰ ਆ ਰਹੀ ਹੈ ਵੀ ਐਨ.ਕੇ. ਸ਼ਰਮਾ ਦਾ ਨਾਮ ਕਲੀਅਰ ਹੈ। ਜਿਹੜੀ ਸੁਖਬੀਰ ਸਿੰਘ ਬਾਦਲ ਵੱਲੋਂ ਪਟਿਆਲਾ ਵਿੱਚ ਯਾਤਰਾ ਕੱਢੀ ਗਈ ਸੀ, ਕੱਲ੍ਹ ਵੀ ਈਵਨ ਪਟਿਆਲਾ ਜ਼ਿਲ੍ਹੇ ਵਿੱਚ ਹੀ ਸੀ, ਉਦੋਂ ਐਨ.ਕੇ. ਸ਼ਰਮਾ ਲਗਾਤਾਰ ਉਹਨਾਂ ਦੇ ਨਾਲ ਦੇਖੇ ਗਏ ਸੀਗੇ। ਅਤੇ ਇੱਕ ਜਿਹੜੀ ਹੁਸ਼ਿਆਰਪੁਰ ਦੀ ਰਿਜ਼ਰਵ ਸੀਟ ਹੈ, ਉੱਥੋਂ ਇੱਕ ਬੜਾ ਇੰਟਰਸਟਿੰਗ ਨਾਮ ਸਾਹਮਣੇ ਆ ਰਿਹਾ, ਪਿੱਛੇ ਜੇ ਸ਼ਾਮਿਲ ਹੋਏ ਸੀ ਅਕਾਲੀ ਦਲ ਵਿੱਚ ਡੀ.ਐਚ.ਓ. ਰਹੇ ਹੈ ਲਖਬੀਰ ਸਿੰਘ, ਡਾਕਟਰ ਲਖਬੀਰ
ਸਿੰਘ, ਉਹਨਾਂ ਦੀ ਪਹਿਲਾਂ ਚਰਚਾ ਚੱਲੀ ਸੀ ਆਮ ਆਦਮੀ ਪਾਰਟੀ 'ਚ ਜਾਣਗੇ, ਪਰ ਕੁਛ ਦਿਨਾਂ ਬਾਅਦ ਆਲ ਆਫ ਸਡਨ ਫਿਰ ਖਬਰ ਆਈ ਉਹ ਅਕਾਲੀ ਦਲ 'ਚ ਜਾ ਰਹੇ ਹੈ, ਅਤੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਉਹਨਾਂ ਨੂੰ ਜੁਆਇਨ ਵੀ ਕਰਾਇਆ, ਅਤੇ ਹੁਣ ਖਬਰ ਹੈ ਕਿ ਉਹਨਾਂ ਦਾ ਨਾਮ ਵੀ ਜਿਹੜਾ ਲਗਭਗ ਕਲੀਅਰ ਹੋ ਗਿਆ, ਅਤੇ ਉਹਨਾਂ ਨੂੰ ਵੀ ਪਾਰਟੀ ਟਿਕਟ ਦੇ ਸਕਦੀ ਹੈ। ਉਹਨਾਂ ਦਾ ਨਾਮ ਵੀ ਪਾਰਟੀ ਉਮੀਦ ਹੈ ਕਿ ਕੱਲ੍ਹ ਲਿਸਟ ਜਾਰੀ ਕਰੂਗੀ ਅਤੇ ਉਹਨਾਂ ਦਾ ਨਾਮ ਵੀ ਡਿਕਲੇਅਰ ਕਰੂਗੀ। ਪਰਮਿੰਦਰ, ਚੁੱਕੀ ਜਿਹੜੀ ਹੁਸ਼ਿਆਰਪੁਰ ਸੀਟ ਹੈ ਇਹ ਵੀ ਬੀਜੇਪੀ ਦੇ ਕੋਟੇ 'ਚ ਰਹੀ ਹੈ ਜਦੋਂ ਅਕਾਲੀ ਭਾਜਪਾ ਲਾਈਨ ਹੁੰਦਾ ਸੀ, ਇਸ ਕਰਕੇ ਅਕਾਲੀ ਦਲ ਨੇ ਪਿਛਲੇ ਕੁਛ ਦਸ਼ਕਾਂ ਤੋਂ ਇੱਥੇ ਕੋਈ ਕੈਂਡੀਡੇਟ ਡਿਕਲੇਅਰ ਨਹੀਂ ਕੀਤਾ ਸੀਗਾ, ਇਸ ਕਰਕੇ ਉਹਨਾਂ ਦਾ ਇੱਕ ਜਿਹੜਾ ਨੋਨ ਫੇਸ ਆਏ ਡਾਕਟਰ ਲਖਵੀਰ ਸਿੰਘ, ਉਹ ਕਾਫੀ ਡੀ ਐੱਚ ਓ ਦੇ ਤੌਰ 'ਤੇ ਕਾਫੀ ਚਰਚਿਤ ਰਹੇ ਆ ਪੰਜਾਬ ਦੇ ਕਈ ਹਲਕਿਆਂ ਵਿੱਚ, ਇਸ ਕਰਕੇ ਪਾਰਟੀ ਵੱਲੋਂ ਉਹਨਾਂ ਦਾ ਨਾਮ ਹੈ ਜਿਹੜਾ ਲਗਭਗ ਕਲੀਅਰ ਕਰ ਦਿੱਤਾ ਗਿਆ, ਅਤੇ ਰਿਜ਼ਰਵ ਸੀਟ ਹੈ, ਅਤੇ ਜਿਹੜੇ ਡਾਕਟਰ ਲਖਵੀਰ ਸਿੰਘ ਹੈ ਉਹ ਵੀ ਇੱਕ ਰਿਜ਼ਰਵ ਕੈਟੇਗਰੀ ਨੂੰ ਬਿਲੋਂਗ ਕਰਦੇ ਆ, ਇਸ ਕਰਕੇ ਉਹਨਾਂ ਦਾ ਨਾਮ ਵੀ ਕਲੀਅਰ ਕਰ ਦਿੱਤਾ ਗਿਆ, ਅਤੇ ਉਮੀਦ ਹੈ ਕਿ ਪਰਮਿੰਦਰ ਇਹ ਜਿਹੜੇ ਲਿਸਟ ਹੈ ਉਹ ਉਮੀਦ ਹੈ ਕਿ ਕੱਲ੍ਹ ਜਾਰੀ ਹੋਏਗੀ, ਅਤੇ ਇਹਨਾਂ ਵਿੱਚ ਸਾਰੇ ਨਾਮ ਜਿਹੜੇ ਨਿਊਜ਼ 18 ਪੰਜਾਬ ਦੱਸ ਰਿਹਾ ਉਹਨਾਂ ਦਾ ਜ਼ਿਕਰ ਜ਼ਰੂਰ ਹੋਏਗਾ। ਜੀ ਪਰਮਿੰਦਰ, ਅਵਨੀਸ਼, ਅਨੰਦਪੁਰ ਸਾਹਿਬ ਦੀ ਗੱਲ ਕੀਤੀ ਜਾਵੇ, ਹਾਲਾਂਕਿ ਦੋਵੇਂ ਦਾਅਵੇਦਾਰ ਮੰਨੇ ਜਾ ਰਹੇ ਨੇ ਲਗਾਤਾਰ, ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ, ਡਾਕਟਰ ਦਲਜੀਤ ਸਿੰਘ ਚੀਮਾ ਦਾ ਵੀ ਲਗਾਤਾਰ ਜ਼ਿਕਰ ਹੋ ਰਿਹਾ, ਅਤੇ ਕੀ ਮੰਨ ਲਿਆ ਜਾਵੇ ਕਿ ਹੁਣ ਕਿਤੇ ਨਾ ਕਿਤੇ ਆਖਿਰਕਾਰ ਪ੍ਰੇਮ ਸਿੰਘ ਚੰਦੂ ਮਾਜਰਾ 'ਤੇ ਸਹਿਮਤੀ ਫਾਈਨਲ ਬਣ ਚੁੱਕੀ ਹੈ? ਦੇਖੋ ਪਰਮਿੰਦਰ, ਟਿਕਟ ਤਾਂ ਇੱਕ ਬੰਦੇ ਨੂੰ ਹੀ ਮਿਲਣੀ ਹੁੰਦੀ ਹੈ, ਦਾਅਵੇਦਾਰ ਜਿੰਨੇ ਮਰਜ਼ੀ ਹੋਣ, ਔਰ ਜਿਹੜੀਆਂ ਪੁਰਾਣੀਆਂ ਇਸਟੈਬਲਿਸ਼ ਪਾਰਟੀਆਂ, ਭਾਵੇਂ ਕਾਂਗਰਸ ਹੋਵੇ, ਭਾਵੇਂ ਅਕਾਲੀ ਦਲ ਹੋਵੇ, ਭਾਵੇਂ ਭਾਜਪਾ ਹੋਵੇ, ਇੱਥੇ ਦਾਅਵੇਦਾਰੀਆਂ ਤਾਂ ਹੁੰਦੀਆਂ ਹੀ ਹੈ, ਕਿਉਂਕਿ ਹਰ ਕੋਈ ਚਾਹੁੰਦਾ ਕਿ ਇਲੈਕਟੋਰਲ ਪੋਲੀਟਿਕਸ ਵਿੱਚ ਆਈਏ, ਲੋਕਾਂ ਵਿੱਚ ਜਾ ਕੇ ਆਪਦਾ ਬੇਸ ਬਣਾਈਏ, ਅਤੇ ਫਿਰ ਇੱਕ ਲੋਕ ਸੇਵਾ ਦਾ ਜ਼ਰੀਆ ਵੀ ਹੁੰਦਾ, ਅਤੇ ਪਲੱਸ ਜਿਹੜਾ ਆਪਣੇ ਇੱਕ ਮੰਨਿਆ ਜਾਂਦਾ ਵੀ ਜਿਹੜਾ ਇਲੈਕਟੋਰਲ ਪੋਲੀਟਿਕਸ ਵਿੱਚ ਆ ਰਿਹਾ ਉਹ ਜ਼ਿਆਦਾ ਇਸਟੈਬਲਿਸ਼ ਲੀਡਰ ਹੈ, ਇਸ ਕਰਕੇ ਜਿਹੜਾ ਸੀਗਾ ਕਿ ਡਾਕਟਰ ਚੀਮਾ ਵੀ ਇਸ ਵਾਰ ਕਾਫੀ ਅਡੀਕ ਸੀਗੇ ਕਿ ਉਹੀ ਚੋਣ ਲੜਨਗੇ ਅਨੰਦਪੁਰ ਸਾਹਿਬ ਤੋਂ, ਬਕਾਇਦਾ ਉਹਨਾਂ ਨੇ ਆਪਦੀਆਂ ਐਕਟੀਵਿਟੀਜ਼ ਵੀ ਉੱਥੇ ਜਾਰੀ ਰੱਖੀਆਂ ਹੋਈਆਂ ਸੀ, ਲੋਕਾਂ ਨੂੰ ਮਿਲ ਰਹੇ ਸੀਗੇ, ਅਤੇ ਉਸ ਉੱਧਰੋਂ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਪਹਿਲਾਂ ਵੀ MP ਰਹਿ ਚੁੱਕੇ ਇਸੇ ਸੀਟ ਤੋਂ, ਅਤੇ ਉਹ ਵੀ ਲਗਾਤਾਰ ਉੱਥੇ ਕੈਂਪੇਨ ਕਰ ਰਹੇ ਸੀਗੇ, ਅਤੇ ਇਸ ਕਰਕੇ ਦੋਨਾਂ ਵੱਲੋਂ ਬਕਾਇਦਾ ਪਾਰਟੀ ਦੇ ਪੱਧਰ 'ਤੇ ਜਿਹੜੀਆਂ ਪਾਰਟੀ ਦੀਆਂ ਵੀ ਇੰਟਰਨਲ ਮੀਟਿੰਗਸ ਹੋਈਆਂ ਸੀ ਕੁਛ ਦਿਨ ਪਹਿਲਾਂ, ਸੁਖਬੀਰ ਸਿੰਘ ਬਾਦਲ ਨੇ ਹਰੇਕ ਹਲਕੇ ਦੇ ਜਿਹੜੇ ਜ਼ਿਲ੍ਹਾ ਪ੍ਰਧਾਨ ਹੋਣ ਜਾਂ ਹੋਰ ਜਿਹੜੇ ਮੇਨ ਮੋਹਤਵਾਰ ਆਗੂ ਆ ਸਾਰਿਆਂ ਨੂੰ ਬੁਲਾ ਕੇ ਬੈਠਕਾਂ ਕੀਤੀਆਂ ਸੀ, ਸਾਰਿਆਂ ਦਾ ਫੀਡਬੈਕ ਲਿਆ ਸੀਗਾ, ਅਤੇ ਉਦੋਂ ਵੀ ਦੋਨੋਂ ਲੀਡਰਾਂ ਵੱਲੋਂ ਆਪਦਾ ਦਾਅਵਾ ਪੇਸ਼ ਕੀਤਾ ਗਿਆ ਸੀਗਾ, ਭਾਵੇਂ ਉਹ ਅਨੰਦਪੁਰ ਸਾਹਿਬ ਹੋਵੇ ਅਤੇ ਭਾਵੇਂ ਆਹ ਆਪਣਾ ਭਾਵੇਂ ਦਲਜੀਤ ਚੀਮਾ ਹੋਣ, ਭਾਵੇਂ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਹੋਣ, ਪਰ ਹੁਣ ਜਿਹੜੀ ਅੰਦਰੂਨੀ ਸੂਤਰਾਂ ਤੋਂ ਇਹ ਖਬਰ ਆ ਰਹੀ ਹੈ ਕਿ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਦਾ ਨਾਮ ਹੈ ਜਿਹੜਾ ਪਾਰਟੀ ਵੱਲੋਂ ਕਲੀਅਰ ਕਰ ਦਿੱਤਾ ਗਿਆ ਹੈ, ਅਤੇ ਉਹਨਾਂ ਨੂੰ ਹੀ ਅਨੰਦਪੁਰ ਸਾਹਿਬ ਦੀ ਸੀਟ ਤੋਂ ਮੁੜ ਤੋਂ ਮੈਦਾਨ 'ਚ ਉਤਾਰਿਆ ਜਾਵੇ। ਅਵਨੀਸ਼, ਜਿਸ ਤਰ੍ਹਾਂ ਦੀਆਂ ਕੱਲ੍ਹ ਦਿੱਲੀ ਤੋਂ ਤਸਵੀਰਾਂ ਆਈਆਂ ਸਿਕੰਦਰ ਸਿੰਘ ਮਲੂਕਾ ਦੇ ਨੂੰਹ ਪੁੱਤ ਜਿਹੜੇ ਕਿ ਬੀਜੇਪੀ ਦੇ ਵਿੱਚ ਸ਼ਾਮਿਲ ਹੋ ਜਾਂਦੇ ਨੇ, ਕਿ ਉਸ ਤੋਂ ਬਾਅਦ 'ਚ ਇੱਕ ਪ੍ਰੈਸ਼ਰ ਵੀ ਕਿਹਾ ਜਾ ਸਕਦਾ ਹੈ ਕਿ ਜਿਸ ਦੇ ਚੱਲਦਿਆਂ ਹੁਣ ਇਹ ਉਮੀਦਵਾਰਾਂ ਦੀ ਸੂਚੀ ਵਾਲੀ ਜਿਹੜੀ ਖਬਰ ਸਾਹਮਣੇ ਆ ਰਹੀ ਹੈ? ਦੇਖੋ ਪਰਮਿੰਦਰ, ਅਕਾਲੀ ਦਲ ਨੇ ਕੁਛ ਦਿਨ ਪਹਿਲਾਂ ਬੈਠਕਾਂ ਕੀਤੀਆਂ ਸੀਗੀਆਂ, ਅਤੇ ਉਸ ਤੋਂ ਬਾਅਦ ਸਪੈਕੂਲੇਟਿਵ ਸੀਗਾ ਕਿ ਆਉਣ ਵਾਲੇ ਦਿਨਾਂ ਵਿੱਚ ਕਦੇ ਵੀ ਇਹ ਜਿਹੜੀ ਹੈ ਸੀਟਾਂ ਡਿਕਲੇਅਰ ਹੋ ਸਕਦੀਆਂ ਹੈ, ਅਤੇ ਕੱਲ੍ਹ ਇਸ ਦਾ ਇੱਕ ਲੌਜਿਕ ਇਹ ਹੈ ਕਿ ਕੱਲ੍ਹ ਵਿਸਾਖੀ ਦਾ ਦਿਨ ਹੈ, ਕੱਲ੍ਹ ਪਵਿੱਤਰ ਤਿਉਹਾਰ ਹੈ ਅਤੇ ਖਾਲਸਾ ਸਾਜਨਾ ਦਿਵਸ ਵੀ ਕੱਲ੍ਹ ਹੀ ਮਨਾਇਆ ਜਾਂਦਾ ਹੈ, ਅਤੇ ਇਸ ਕਰਕੇ ਜੇ ਅਕਾਲੀ ਦਲ ਦੇ ਆਪਾਂ ਪ੍ਰਿਸ਼ਠ ਭੂਮੀ ਦੇ ਹਿਸਾਬ ਨਾਲ ਦੇਖੀਏ ਤਾਂ ਉਹਨਾਂ ਲਈ ਇੱਕ ਬਹੁਤ ਵੱਡਾ ਦਿਨ ਹੈ, ਅਤੇ ਕਿਉਂਕਿ ਸਿੱਖ ਸਿਆਸੀ ਹਲਕਿਆਂ ਵਿੱਚ ਵੀ, ਪੰਜਾਬੀ ਲੋਕਾਂ ਵਿੱਚ ਵੀ ਕੱਲ੍ਹ ਦਾ ਦਿਨ ਬਹੁਤ ਪਵਿੱਤਰਤਾ ਦੇ ਤੌਰ 'ਤੇ ਮਨਾਇਆ ਜਾਂਦਾ ਹੈ, ਇਸ ਲਈ ਇੱਕ ਇਹ ਬੈਟਰ ਆਪਸ਼ਨ ਹੈ ਵੀ ਜੇ ਅਕਾਲੀ ਦਲ ਕੱਲ੍ਹ ਹੀ ਲਿਸਟ ਜਾਰੀ ਕਰ ਦਿੰਦਾ ਆਪਦੇ ਉਮੀਦਵਾਰਾਂ ਦੀ, ਤਾਂ ਉਹਨਾਂ ਨੂੰ ਇੱਕ ਮੈਸੇਜ ਕਨਵੇ ਕਰਨ ਵਿੱਚ ਸੌਖਾ ਹੋਊਗਾ ਕਿ ਅੱਜ ਦਾ ਦਿਨ ਹੈ, ਅਸੀਂ ਇਸ ਲਈ ਚੂਜ਼ ਕੀਤਾ ਹੈ ਕਿਉਂਕਿ ਅਕਾਲੀ ਦਲ ਪੰਥਕ ਪਾਰਟੀ ਹੈ ਅਤੇ ਖਾਲਸਾ ਸਾਜਨਾ ਦਿਵਸ 'ਤੇ ਵਿਸਾਖੀ ਦਾ ਤਿਉਹਾਰ ਹੈ, ਇਸ ਕਰਕੇ ਇਸ ਟਾਈਪ ਦੀਆਂ ਖਬਰਾਂ ਆ ਰਹੀਆਂ ਕਿ ਅਕਾਲੀ ਦਲ ਦੀ ਜਿਹੜੀ ਪਹਿਲੀ ਲਿਸਟ ਫਾਈਨਲ ਹੈ, ਜਿਹੜੇ ਕੈਂਡੀਡੇਟ 5-6 ਲਗਭਗ ਫਾਈਨਲ ਹੈ, ਉਹਨਾਂ ਦਾ ਐਲਾਨ ਕੱਲ੍ਹ ਕੀਤਾ ਜਾ ਸਕਦਾ ਹੈ। ਠੀਕ ਹੈ ਮਨੀਸ਼, ਪੂਰੀ ਜਾਣਕਾਰੀ ਲਈ ਬਹੁਤ ਬਹੁਤ ਧੰਨਵਾਦ। ਸੋ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਜੁੜੀ ਇਹ ਵੱਡੀ ਖਬਰ ਅਸੀਂ ਆਪਣੇ ਦਰਸ਼ਕਾਂ ਨੂੰ ਦੱਸ ਰਹੇ ਹਾਂ ਕਿ ਕੱਲ੍ਹ ਸ਼੍ਰੋਮਣੀ ਅਕਾਲੀ ਦਲ ਦੀ ਪਹਿਲੀ ਲਿਸਟ ਆ ਸਕਦੀ ਹੈ ਕੱਲ੍ਹ, ਯਾਨੀ ਕਿ 13 ਅਪ੍ਰੈਲ ਵਿਸਾਖੀ ਵਾਲਾ ਦਿਨ, ਖਾਲਸਾ ਪੰਥ ਦਾ ਸਾਜਨਾ ਦਿਹਾੜਾ, ਕਿਉਂਕਿ ਵਿਸਾਖੀ ਵਾਲੇ ਦਿਨ ਹੀ 1699 ਈਸਵੀ ਨੂੰ ਜਿਹੜੀ ਕਿ ਖਾਲਸਾ ਪੰਥ ਦੀ ਸਾਜਨਾ ਹੋਈ ਸੀ, ਅਤੇ ਉਸੇ ਦਿਨ ਨੂੰ ਦਰਅਸਲ ਅਕਾਲੀ ਦਲ ਦੇ ਵੱਲੋਂ ਚੁਣਿਆ ਗਿਆ, ਕਿਉਂਕਿ ਇੱਕ ਪੰਥਕ ਪਾਰਟੀ ਦੇ ਤੌਰ 'ਤੇ ਜਿਹੜੀ ਕਿ ਪਹਿਚਾਣ ਹੈ ਸ਼੍ਰੋਮਣੀ ਅਕਾਲੀ ਦਲ ਦੀ ਪੰਥਕ ਪਾਰਟੀ ਦੇ ਤੌਰ 'ਤੇ ਜਾਣਿਆ ਜਾਂਦਾ, ਤਾਂ ਵਿਸਾਖੀ ਵਾਲੇ ਦਿਨ, ਖਾਲਸਾ ਪੰਥ ਦੀ ਸਾਜਨਾ ਦਿਵਸ ਵਾਲੇ ਦਿਨ ਹੀ
ਉਮੀਦਵਾਰਾਂ ਦੀ ਪਹਿਲੀ ਸੂਚੀ ਜਿਹੜੀ ਕਿ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਜਾਰੀ ਕੀਤੀ ਜਾ ਸਕਦੀ ਹੈ। ਪਹਿਲੀ ਲਿਸਟ ਦੇ ਵਿੱਚ 5 ਉਮੀਦਵਾਰ ਹੋ ਸਕਦੇ ਨੇ। ਉਹ 5 ਉਮੀਦਵਾਰ ਅਸੀਂ ਵਿਸਥਾਰ ਦੇ ਨਾਲ ਗ੍ਰਾਫਿਕ ਦੇ ਜ਼ਰੀਏ ਅਸੀਂ ਆਪਣੇ ਦਰਸ਼ਕਾਂ ਨੂੰ ਦੱਸ ਰਹੇ ਹਾਂ। ਗੱਲ ਬਠਿੰਡਾ ਦੀ ਕੀਤੀ ਜਾਵੇ ਤਾਂ ਬਠਿੰਡਾ ਤੋਂ ਲਗਾਤਾਰ 3 ਵਾਰ ਦੇ MP ਹਰਸਿਮਰਤ ਕੌਰ ਬਾਦਲ ਇਸ ਵਾਰ ਫਿਰ ਚੋਣ ਮੈਦਾਨ ਦੇ ਵਿੱਚ ਉਤਰ ਸਕਦੇ ਨੇ। ਬਠਿੰਡਾ ਤੋਂ ਮੁੜ ਤੋਂ ਉਹਨਾਂ ਨੂੰ ਟਿਕਟ ਦਿੱਤੀ ਜਾ ਸਕਦੀ ਹੈ, ਦਾਅ ਖੇਡਿਆ ਜਾ ਸਕਦਾ। ਅਨੰਦਪੁਰ ਸਾਹਿਬ ਤੋਂ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਨੂੰ ਟਿਕਟ ਮਿਲ ਸਕਦੀ ਹੈ। ਪ੍ਰੇਮ ਸਿੰਘ ਚੰਦੂ ਮਾਜਰਾ ਦੀ ਗੱਲ ਕੀਤੀ ਜਾਵੇ ਤਾਂ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂਆਂ ਦੇ ਵਿੱਚੋਂ ਇੱਕ ਨੇ, ਹਾਲਾਂਕਿ ਲਗਾਤਾਰ ਡਾਕਟਰ ਦਲਜੀਤ ਸਿੰਘ ਚੀਮਾ ਦੇ ਵੱਲੋਂ ਆਪਣੀ ਦਾਅਵੇਦਾਰੀ ਜਿਤਾਈ ਜਾ ਰਹੀ ਸੀ ਅਤੇ ਹੁਣ ਚੰਦੂ ਮਾਜਰਾ ਦਾ ਜ਼ਿਕਰ ਹੋ ਰਿਹਾ। ਚੰਦੂ ਮਾਜਰਾ ਨੂੰ ਜਿਹੜੀ ਕਿ ਟਿਕਟ ਮਿਲ ਸਕਦੀ ਹੈ। ਇਸ ਤੋਂ ਇਲਾਵਾ ਪਟਿਆਲਾ ਤੋਂ NK ਸ਼ਰਮਾ ਉਮੀਦਵਾਰ ਹੋ ਸਕਦੇ ਨੇ। ਅੰਮ੍ਰਿਤਸਰ ਤੋਂ ਨੀਲ ਜੋਸ਼ੀ ਦੇ ਨਾਂ 'ਤੇ ਮੋਹਰ ਲੱਗ ਸਕਦੀ ਹੈ। ਪਿਛਲੇ ਦਿਨੀ ਬਿਕਰਮ ਸਿੰਘ ਮਜੀਠੀਆ ਦੇ ਵੱਲੋਂ ਇੱਕ ਮੰਚ 'ਤੇ ਜਿਹੜਾ ਕਿ ਕਿਤੇ ਨਾ ਕਿਤੇ ਇਸ ਗੱਲ 'ਤੇ ਸੰਕੇਤ ਦਿੱਤੇ ਗਏ ਸਨ ਕਿ ਅਨਿਲ ਜੋਸ਼ੀ ਜਿਹੜੇ ਕਿ ਅੰਮ੍ਰਿਤਸਰ ਤੋਂ ਅਕਾਲੀ ਦਲ ਦੇ ਉਮੀਦਵਾਰ ਹੋਣਗੇ। ਉੱਥੇ ਹੁਸ਼ਿਆਰਪੁਰ ਤੋਂ ਡਾਕਟਰ ਲਖਬੀਰ ਸਿੰਘ, ਇਹ ਵੀ ਆਪਣੇ ਆਪ ਦੇ ਵਿੱਚ ਬਹੁਤ ਅਹਿਮ ਚਿਹਰਾ ਹੈ। ਜੇਕਰ ਗੱਲ ਕੀਤੀ ਜਾਵੇ ਤਾਂ ਦਰਸ਼ਕ ਬਹੁਤ ਸਾਰੇ ਵਾਕਫ ਵੀ ਹੋਣਗੇ। ਸਾਬਕਾ ਸਿਹਤ ਅਫਸਰ ਨੇ, ਸਮੇਂ ਤੋਂ ਪਹਿਲਾਂ ਉਹਨਾਂ ਦੇ ਵੱਲੋਂ ਰਿਟਾਇਰਮੈਂਟ ਲਏਗੀ। ਹਾਲਾਂਕਿ ਪਹਿਲਾਂ ਚਰਚਾਵਾਂ ਸਨ ਕਿ ਆਮ ਆਦਮੀ ਪਾਰਟੀ ਵਿੱਚ ਜਾ ਸਕਦੇ ਨੇ, ਫਿਰ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਸ਼ਾਮਿਲ ਹੋ ਗਏ। ਅਲੱਗ ਅਲੱਗ ਤਰ੍ਹਾਂ ਦੀਆਂ ਸੋਸ਼ਲ ਮੀਡੀਆ 'ਤੇ ਕਾਫੀ ਉਹਨਾਂ ਦੀਆਂ ਵੀਡੀਓ ਵੀ ਸਾਹਮਣੇ ਆਉਂਦੀਆਂ ਸਨ। ਵੱਖ ਵੱਖ ਦੁਕਾਨਾਂ 'ਤੇ ਉਹਨਾਂ ਦੇ ਵੱਲੋਂ ਰੇਡ ਕੀਤੀ ਜਾਂਦੀ ਸੀ, ਤਾਂ ਉਸ ਨੂੰ ਲੈ ਕੇ ਕਾਫੀ ਸੁਰੱਖਿਆ ਦੇ ਵਿੱਚ ਵੀ ਆਏ। ਅਤੇ ਡਾਕਟਰ ਲਖਬੀਰ ਸਿੰਘ ਹੁਸ਼ਿਆਰਪੁਰ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਹੋ ਸਕਦੇ ਨੇ।